हेलो एवरीवन वेलकम और वेलकम बैक टू माय चैनल बीएस मास्टर 2 हिस्ट्री द पेपर डिस्कस ਕਰਾਂਗੇ प्राइवेट ਤੇ डिस्टेंस वालेਆਂ ਦਾ ਲੇਕਿਨ ਰੈਗੂਲਰ ਵਾਲਿਆਂ ਲਈ ਵੀ ਇੰਪੋਰਟੈਂਟ ਕੁਐਸਚਨ ਤਾਂ ਇੰਪੋਰਟੈਂਟ ਹੀ ਹੁੰਦੇ ਆ ਸੋ ਤਿੰਨੋਂ ਮੋਡ ਦੇ ਥਰੂ ਜਿਹੜੇ ਵੀ ਸਟੂਡੈਂਟ ਆਪਣੀ এডੂਕੇਸ਼ਨ ਲੈ ਰਹੇ ਨੇ ਉਹਨਾਂ ਲਈ ਇਹ ਪੇਪਰ ਜਿਹੜਾ ਹੈ ਇੰਪੋਰਟੈਂਟ ਹੋ ਸਕਦਾ ਹੈ 10 ਤੋਂ 20% ਇਹਦੇ ਵਿੱਚੋਂ ਆ ਜਾਂਦਾ ਪਰ ਆਪਾਂ 10 20% ਤਾਂ ਲੈਣੇ ਨਹੀਂ ਆਪਾਂ ਨੇ ਤਾਂ 70 80% ਤੱਕ ਲੈਣੇ ਨੇ ਨੰਬਰ ਸੋ ਇਸ ਕਰਕੇ ਮੈਂ ਇੰਪੋਰਟੈਂਟ ਕੁਐਸਚਨ ਰਿਗਾਰਡਿੰਗ ਵੀਡੀਓ ਵੀ ਪਾਇਆ ਹੋਇਆ ਹੈ ਤਾਂ ਚੈੱਕ ਆਊਟ ਜ਼ਰੂਰ ਕਰਿਓ ਜਿਹੜੇ ਬੱਚੇ ਮੇਨਾਂ ਰੈਗੂਲਰਲੀ ਜੁੜੇ ਹੋਏ ਨੇ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੈ ਕਿ ਇੰਪੋਰਟੈਂਟ ਕੁਐਸਚਨ ਦੇ ਵਿੱਚੋਂ ਕੁਐਸਚਨ ਜਿਹੜੇ ਨੇ ਪੁੱਟ ਔਨ ਹੁੰਦੇ ਨੇ ਸ਼ਾਰਟ ਕੁਐਸਚਨਾਂ ਦੀ ਰਹੀ ਗੱਲ ਤਾਂ ਸ਼ਾਰਟ ਕੁਐਸਚਨ ਜਿਹੜੇ ਨੇ ਉਹ ਕਿਧਰੋਂ ਵੀ ਆ ਸਕਦੇ ਨੇ ਬਟ ਮੈਂ ਵੀ ਇੰਪੋਰਟੈਂਟ ਕੁਐਸਚਨ ਸ਼ਾਰਟ ਪ੍ਰੋਵਾਈਡ ਕੀਤੇ ਨੇ ਇਸ ਤੋਂ ਇਲਾਵਾ ਵੀ ਪੜ੍ਹ ਕੇ ਜਾਇਓ ਬਿਕਾਉਜ਼ ਪੰਜਾਬੀ ਦੇ ਪੇਪਰ ਦੇ ਵਿੱਚ ਵੀ ਉਹਨਾਂ ਨੇ ਬਾਹਰੋਂ ਕਾਫੀ ਸਾਰੇ ਕੁਐਸਚਨ ਪੁੱਛੇ ਹੋਏ ਸੀ ਸੋ ਇਸ ਕਰਕੇ ਜਿਹੜਾ ਹੈ ਪੁਆਇੰਟ ਜਿਹੜੇ ਲੌਂਗ ਕੁਐਸਚਨ ਚ ਹੁੰਦੇ ਨੇ ਉਹ ਵੀ ਪੜ੍ਹ ਕੇ ਜਾਇਓ ਕਿਉਂਕਿ ਨਾਮ ਬਹੁਤ ਜ਼ਿਆਦਾ ਹੁੰਦੇ ਨੇ ਤਾਂ ਨਾਮ ਕਈ ਵਾਰ ਮੈਮ ਭੁੱਲ ਜਾਂਦੇ ਨੇ ਕਿ ਹਨਾ ਵੀ ਕਿਹੜਾ ਨਾਮ ਇੰਪੋਰਟੈਂਟ ਸੀ ਕਿਹੜੀ ਬੁੱਕ ਇੰਪੋਰਟੈਂਟ ਸੀ ਤਾਂ ਜੇ ਅਗਰ ਤੁਹਾਨੂੰ ਪੁਆਇੰਟਾਂ ਦੇ ਵਿੱਚ ਬੁੱਕਸ ਦਾ ਨਾਮ ਆ ਰਿਹਾ ਰਾਈਟਰਸ ਦਾ ਨਾਮ ਆ ਰਿਹਾ ਕਿਸੇ ਵੀ ਚੀਜ਼ ਦਾ ਨਾਮ ਆ ਰਿਹਾ ਤਾਂ ਉਹ ਵੀ ਇੰਪੋਰਟੈਂਟ ਹੈ ਠੀਕ ਹੈ ਸ਼ਾਰਟ ਕੁਐਸਚਨ ਦਾ ਕੋਈ ਵੀ ਟ੍ਰਿਕ ਨਹੀਂ ਹੁੰਦੀ ਹੈਗੀ ਤ ਸੋ ਗੱਲ ਕਰਦੀ ਆਂ ਸੈਕਸ਼ਨ A ਦੇ ਵਿੱਚ ਕਿਹੜੇ-ਕਿਹੜੇ ਇੰਪੋਰਟੈਂਟ ਕੁਐਸਚਨ ਨੇ महमूद ਗਜਨਵੀ ਦੇ ਹਮਲੇ ਠੀਕ ਹੈ ਇਫੈਕਟਸ ਆਫ महमूद गजनवीज ਇਨਵੇਸ਼ਨ ਆਫ ਇੰਡੀਆ ਦਾ ਅੱਜ ਤੋਂ ਮੈਂ ਸਟਾਰਟ ਕਰਾਂਗੀ ਹਿਸਟਰੀ ਦੀਆਂ ਵੀ ਵੀਡੀਓਜ਼ ਉਹਨਾਂ ਨੂੰ ਵੀ ਚੈੱਕ ਆਊਟ ਜ਼ਰੂਰ ਕਰਿਓ ਈਚ ਐਂਡ ਐਵਰੀਥਿੰਗ ਘੱਟ ਸਮੇਂ ਦੇ ਵਿੱਚ ਪੜਾਂਗੇ ਫਾਈਨ ਸੋ ਇਲਤਮਿਸ਼ ਰਿਗਾਰਡਡ ਐਜ਼ ਰੀਅਲ ਫਾਊਂਡਰ ਆਫ ਦਿੱਲੀ ਸਲਤਨਤ ਦਿੱਲੀ ਸਲਤਨਤ ਦਾ ਅਸਲੀ ਜਿਹੜਾ ਹੈ ਜਨਮਦਾਤਾ ਇਲਤਮਿਸ਼ ਨੂੰ ਕਿਉਂ ਕਿਹਾ ਜਾਂਦਾ ਹੈ ਫਰਸਟ ਆਫ ਆਲ ਤਾਂ ਆਪਾਂ ਨੇ ਸਿਰਫ ਦੋ ਕੁਐਸਚਨ ਇਹਦੇ ਵਿੱਚੋਂ ਕਰਨੇ ਨੇ ਫਰਸਟ ਕੁਐਸ਼ਨ ਇਹ ਵਾਲਾ ਤਾਂ ਇੰਪੋਰਟੈਂਟ ਆਉਂਦਾ ਹੀ ਆਉਂਦਾ ਗੋਰੀ ਵਾਲਾ ਤੇ ਗਜਨਵੀ ਵਾਲਾ ਫਾਈਨ ਇਹ ਦੋਨੋਂ ਕੁਐਸ਼ਨ ਤਾਂ ਕਰਕੇ ਜਾਇਓ ਇੱਕ ਇਹਨਾਂ ਚੋਂ ਪੱਕਾ ਆਊਗਾ ਤੇ ਉਸ ਤੋਂ ਬਾਅਦ ਹੈ ਐਡਮਿਨਿਸਟ੍ਰੇਟਿਵ ਐਕਸਪੈਰੀਮੈਂਟ ਆਫ ਮੁਹੰਮਦ ਤੁਕਲਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸ਼ਨ ਹੈ ਕਿਉਂਕਿ ਉਹਨੂੰ ਪੜਿਆ ਲਿਖਿਆ ਮੂਰਖ ਸਮਝਿਆ ਜਾਂਦਾ ਬੇਵਕੂਫ ਸਮਝਿਆ ਜਾਂਦਾ ਉਸਨੇ ਬਹੁਤ ਹੀ ਉਹ ਪੜਿਆ ਲਿਖਿਆ ਸੀ ਲੇਕਿਨ ਉਸਨੇ ਐਸੀਆਂ ਹਵਾਈ ਯੋਜਨਾਵਾਂ ਬਣਾਈਆਂ ਜਿਸ ਦੇ ਕਰਕੇ ਉਸ ਦੀ ਜਨਤਾ ਹੀ ਉਸ ਦੇ ਪ੍ਰਤੀ ਜਿਹੜੀ ਸੀਗੀ ਅ ਉਸਦੇ ਅਪੋਜ਼ਡ ਹੋਗੀ ਉਸਦੇ ਵਿਰੁੱਧ ਹੋਗੀ ਠੀਕ ਹੈ ਤਾਂ ਇਹ ਵਾਲੇ ਕੁਐਸਚਨ ਜਿਹੜਾ ਹੈ ਮੁਹੰਮਦ ਤੁਗਲਕ ਦਾ ਬਹੁਤ ਵਾਰ ਪੁੱਛਿਆ ਜਾਂਦਾ ਕੌਜ਼ਸ ਆਫ ਦਾ ਕੌਜ਼ਸ ਆਫ ਦਾ ਡਾਊਨਫਾਲ ਆਫ ਵਿਜੇਨਗਰ एंपਾਇਰ ਵਿਜੇਨਗਰ ਸਾਮਰਾਜ ਦੇ ਪਤਨ ਦੇ ਕੀ ਕਾਰਨ ਸੀ ਸੈਕਸ਼ਨ B ਦੇ ਵਿੱਚੋਂ ਵੀ ਦੋ ਕਰਨੇ ਨੇ ਲੇਕਿਨ ਇਹ ਚਾਰੋਂ ਹੀ ਦੇਖੋ ਇੰਪੋਰਟੈਂਟ ਕੁਐਸਚਨ ਹੈ ਤੇ ਸਭ ਲਈ ਇੰਪੋਰਟੈਂਟ ਹੈ ਹੋ ਸਕਦਾ ਰੈਗੂਲਰ ਵਾਲਿਆਂ ਨੂੰ ਇਹਨਾਂ ਦੇ ਵਿੱਚੋਂ ਇੱਕ ਅਦਾ ਕੁਐਸਚਨ ਆ ਜੇ ਹੋ ਸਕਦਾ ਹੈ ਡਿਸਟੈਂਸ ਤੇ ਪ੍ਰਾਈਵੇਟ ਵਾਲਿਆਂ ਨੂੰ ਆ ਜੇ ਡਿਸਕ੍ਰਾਈਬ ਕ Causes ਇਵੈਂਟਸ ਐਂਡ ਰਿਜ਼ਲਟਸ ਆਫ ਬੈਟਲ ਆਫ ਕਨਵਾਹਾ ਦੇਖੋ ਬੁੱਕ ਦੇ ਵਿੱਚ ਕਨਵਾਹਾ ਦਾ ਯੁੱਧ ਬਹੁਤ ਥੋੜਾ ਦਿੱਤਾ ਹੋਇਆ ਹੈ ਲੇਕਿਨ ਇਸ ਤੋਂ ਪਹਿਲਾਂ ਜਿਹੜਾ ਹੈ ਆਪਾਂ ਨੇ 4 ਪੇਜੀਸ ਇਹਦੇ ਬਣਾ ਕੇ ਆਣੇ ਤਾਂ ਇਸ ਤੋਂ ਜਿਹੜਾ ਜਿਸ ਨੇ ਇਹ ਯੁੱਧ ਲੜਿਆ ਸੀ ਕਨਵਾਹਾ ਦਾ ਆਪਾਂ ਸਭ ਨੂੰ ਪਤਾ ਹੈ ਨਾ ਤਾਂ ਉਸ ਦੇ ਬਾਰੇ ਥੋੜਾ ਜਿਹਾ ਲਿਖ ਕੇ ਉਸ ਤੋਂ ਬਾਅਦ ਕਨਵਾਹਾ ਦਾ ਯੁੱਧ ਜਿਦੀ ਜਿਦੀ ਦੇ ਵਿਚਕਾਰ ਦੋਨਾਂ ਛੋਇਆ ਸੀ ਤਾਂ ਉਹਨਾਂ ਦੇ ਬਾਰੇ ਥੋੜਾ ਥੋੜਾ ਲਿਖਿਆ ਹੋਇਆ ਫਾਈਨ ਸ਼ੇਰ शाह सूरी ਦੇ ਰਿਫਾਰਮਸ ਕਿਹੜੇ ਕਿਹੜੇ ਨੇ ਤਾਂ ਸ਼ੇਰ ਸ਼ਾਹ ਸੂਰੀ ਜਿਹੜਾ ਹੈਗਾ ਬਹੁਤ ਹੀ ਇੰਪੋਰਟੈਂਟ ਉਹਨੇ ਸੁਧਾਰ ਕੀਤੇ ਸੀਗੇ ਕਿਹੜੇ ਕਿਹੜੇ ਸੁਧਾਰ ਨੇ ਉਸ ਤੋਂ ਬਾਅਦ ਚ ਰਿਲੀਜੀਅਸ ਪਾਲਿਸੀ ਆਫ ਔਰੰਗਜ਼ੇਬ ਔਰੰਗਜ਼ੇਬ ਦੀ ਧਾਰਮਿਕ ਨੀਤੀ ਬਹੁਤ ਕਟੜ ਸੁੰਨੀ ਮੁਸਲਮਾਨੀ ਬਹੁਤ ਹੀ ਜ਼ਿਆਦਾ ਕਟੜ ਅਤੇ ਕਿਸੇ ਵੀ ਹੋਰ ਧਰਮ ਨੂੰ ਟੋਲਰੇਟ ਨਹੀਂ ਸੀ ਕਰਦਾ ਸੋ ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ ਸ਼ਿਵਾਜੀ ਦੀ ਐਡਮਿਨਿਸਟ੍ਰੇਸ਼ਨ ਯਾਨੀ ਕਿ ਪ੍ਰਸ਼ਾਸਨ ਦੇ ਉੱਤੇ ਕੁਐਸਚਨ ਆਇਆ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕੰਪਲਸਰੀ ਸ਼ਾਰਟ ਨੋਟ ਕੁਐਸਚਨ ਹੈ ਅਲਬਰੂਨੀ ਕੌਣ ਸੀ ਠੀਕ ਹੈ ਇਹ ਜਿਹੜੇ ਨੇ ਰਾਜਦੂਤ ਹੋਏ ਨੇ ਠੀਕ ਹੈ ਅਲਬਰੂਨੀ ਇੱਥੇ ਆ ਕੇ ਇਹਨਾਂ ਨੇ ਬੁੱਕਸ ਲਿਖੀਆਂ ਬਹਿਰਾਮ ਸ਼ਾਹ ਕੌਣ ਸੀ ਮਲਿਕ ਕਫੂਰ ਕੌਣ ਸੀ ਕਰੰਸੀ ਰਿਫਾਰਮਸ ਫਿਰੋਜ਼ ਤੁਕਲਗ ਨੇ ਜਿਹੜੇ కరెన్సీ రిఫార్మ్స్ ਸੀ ਉਹ ਕਿਹੜੇ ਕੀਤੇ ਸੀ ਇਬਰਾਹਿਮ ਲੋਧੀ ਕੌਣ ਸੀਗਾ ਠੀਕ ਹੈ ਦੌਲਤ ਖਾਨ ਲੋਧੀ ਕੌਣ ਸੀ ਜ਼ਬਤੀ ਸਿਸਟਮ ਕੀ ਸੀ ਉਹ ਦੇਖੋ ਜ਼ਬਤੀ ਸਿਸਟਮ ਪਤਾ ਨਹੀਂ ਕਿੱਥੋਂ ਕੁਐਸਚਨ ਆਇਆ ਹੈ ਹਨਾ ਬੈਰਮ ਖਾਨ ਕੌਣ ਸੀ ਇਹ ਕੁਐਸਚਨ ਪੇਸ਼ਵਾ ਕੌਣ ਸੀ ਬਾਕੀ ਕਾਫੀ سارے ਕੁਐਸਚਨ ਮਰਾਠੇ ਹਨਾ ਸ਼ਾਹਜਹਾਂ ਕੌਣ ਸੀ ਹੋਰ ਬੁੱਕਸ ਜਿਹੜੀਆਂ ਹੋਗੀਆਂ ਮੈਂ ਤੁਹਾਨੂੰ ਦੱਸਿਆ ਕਿ ਇੰਪੋਰਟੈਂਟ ਨੇ ਉਸ ਤੋਂ ਬਾਅਦ ਮੈਪ ਕੁਐਸਚਨ ਹੈਗਾ ਮੈਪ ਕੁਐਸਚਨ ਦੇ ਵਿੱਚ ਆਪਾਂ ਨੇ ਕੀ ਕਰਨਾ ਹੈਗਾ 10 प्लस 6 ਠੀਕ ਹੈ ਤਾਂ ਮੈਪ ਪਰਨ ਦੇ ਵੀ ਨੰਬਰ ਮਿਲਦੇ ਨੇ ਤੇ ਨਾਲ ਹੀ ਐਕਸਪਲੇਨੇਟਰੀ ਨੋਟ ਜਿਹੜਾ ਹੈ ਆਪਾਂ ਲਿਖਦੇ ਹੈਗੇ ਆ ਨਾਲ ਐਕਸਪਲੇਨੇਸ਼ਨ ਉਹਦੇ ਵੀ ਨੰਬਰ ਮਿਲਦੇ ਨੇ ਤੇ 16 ਦੇ ਵਿੱਚੋਂ 14 15 ਨੰਬਰ ਤੁਹਾਡੇ ਆਰਾਮ ਨਾਲ ਆ ਸਕਦੇ ਨੇ ਅਗਰ ਤੁਸੀਂ ਮੈਪ ਦੇ ਵਿੱਚ ਪੰਜ ਚੀਜ਼ਾਂ ਭਰੀਆਂ ਹੋਈਆਂ ਨੇ ਅਤੇ ਨਾਲ ਹੀ ਤੁਸੀਂ ਐਕਸਪਲੇਨੇਸ਼ਨ ਵੀ ਉਹਦੀ ਕੀਤੀ ਹੋਈ ਆ ਤਾਂ ਬਾਬਰ ਦਾ ਜਿਹੜਾ ਹੈ ਇਨਵੇਸ਼ਨ ਜਿਹੜੇ ਹੋਏ ਨੇ ਉਹਦੇ ਹਮਲਿਆਂ ਦੇ ਬਾਰੇ ਜਿਹੜੇ ਜਿੱਥੇ-ਜਿੱਥੇ ਉਹਨੇ ਨੇ ਹਮਲਾ ਕੀਤਾ ਉਹ ਬਲੇ ਰੀਜ਼ਨ ਸ਼ੋ ਕਰਨੇ ਨੇ ਤੇ ਨੋਟ ਲਿਖਣਾ ਹੈ ਅਤੇ ਔਰੰਗਜ਼ੇਬ ਦਾ ਜਿਹੜਾ ਹੈਗਾ ਐਮਪਾਇਰ ਮੁਗਲ ਐਮਪਾਇਰ ਉਹਦਾ ਕਿੱਥੇ ਕਿੱਥੇ ਤੱਕ ਫੈਲਿਆ ਹੋਇਆ ਸੀ ਉਹਦੇ ਬਾਰੇ ਉਸ ਤੋਂ ਬਾਅਦ ਇਹ ਆਪਾਂ ਨੇ ਨਹੀਂ ਕਰਨਾ ਬਲਾਈਂਡ ਸਟੂਡੈਂਟਸ ਲਈ ਹੈ ਫਾਈਨ ਤੇ ਹੁਣ ਪੰਜਾਬੀ ਚ ਵੀ ਇੱਕ ਵਾਰ ਵੇਖ ਲੈਂਦੇ ਆ ਮਹਿਮੂਦ ਗਜਨਵੀ ਦੇ ਹਮਲੇ ਠੀਕ ਹੈ ਭਾਰਤ ਤੇ ਕੀ ਪ੍ਰਭਾਵ ਪਿਆ ਇਲਤਮਸ਼ ਨੂੰ ਦਿੱਲੀ ਸਲਤਨਤ ਦਾ ਜਨਮਦਾਤਾ ਮੋਢੀ ਕਿਉਂ ਕਿਹਾ ਜਾਂਦਾ ਹੈ ਮੁਹੰਮਦ ਬਿਨ ਤੁਗਲਕ ਦੀਆਂ ਪ੍ਰਸ਼ਾਸਨਿਕ ਯੋਜਨਾਵਾਂ ਦੇ ਬਾਰੇ ਕੀ ਜਾਣਦੇ ਹੋ ਹਵਾਈ ਯੋਜਨਾਵਾਂ ਕਰੀਆਂ ਨੇ ਉਹਨੇ ਉਹਦੇ ਬਾਰੇ ਕੀ ਜਾਣਦੇ ਹੋ ਜਾਂ ਫਿਰ ਪੜਿਆ ਲਿਖਿਆ ਮੂਰਖ ਸੀ ਕਿਵੇਂ ਸਾਰਾ ਕੁਝ ਨੇ ਇੱਕੋ ਹੀ ਹੈ ਠੀਕੇ ਮੋਲਡ ਕਰਕੇ ਦੇਣਗੇ ਲੇਕਿਨ ਕੁਐਸਚਨ ਇਹੀ ਆਉਣਗੇ ਜਿਹੜੇ ਮੈਂ ਤੁਹਾਨੂੰ ਦੱਸੇ ਨੇ ਵਿਜੇ ਸਾਮਰਾਜ ਪਤਨ ਦੇ ਕੀ ਕਾਰਨ ਸਨ ਠੀਕ ਹੈ ਇਸ ਦੇ ਵਿਸਥਾਰ ਦੇ ਕੀ ਕਾਰਨ ਸਨ ਕਿਹੜੇ ਕਿਹੜੇ ਰਾਜੇ ਹੋਏ ਹਨ ਤਾਂ ਇੰਪੋਰਟੈਂਟ ਕੁਐਸਚਨ ਹੈ ਕਨਵਾਹਾ ਦੀ ਲੜਾਈ ਦੇ ਕਾਰਨ ਘਟਨਾਵਾ ਨਤੀਜੇ ਸ਼ੇਰ ਸ਼ਾਹ ਸੂਰੀ ਦੇ ਸੁਧਾਰ ਔਰੰਗਜ਼ੇਬ ਦੀ ਧਾਰਮਿਕ ਨੀਤੀ ਸ਼ਿਵਾਜੀ ਦੇ ਸ਼ਾਸਨ ਪ੍ਰਬੰਧ ਦਾ ਵੀ ਰਵਾਦੋ ਅਲਬਰੂਨੀ ਕੌਨ ਸੀ ਛੋਟ ਕੁਐਸਚਨ ਆਗੇ ਬਹਿਰਾਮ ਸ਼ਾ, ਮਲਿਕ ਕਫੂਰ, ਫਿਰੋਜ਼ ਤੁਗਲਕ ਦੇ ਸਿੱਕੇ ਅ ਕਰੰਸੀ ਸੰਬੰਧੀ ਸੁਧਾਰ, ਇਬਰਾਹਿਮ ਲੋਦੀ ਜ਼ਬਤੀ ਪ੍ਰਣਾਲੀ, ਬੈਰਮ ਖਾਨ ਪੇਸ਼ਵਾ ਤੇ ਤੁਹਾਡੇ ਜਿਹੜੇ ਹੈਗੇ ਨੇ ਇਹ ਮੈਪ ਨੇ ਜਿਹੜੇ ਮੈਂ ਪਿੱਛੇ ਦੱਸ ਚੁੱਕੀ ਹਾਂ। ਦੂਜੀ ਗੱਲ ਹੈਗੀ ਹੈ ਕਿ ਕਿਸੇ ਹੋਰ ਚੈਨਲ ਦੇ ਉੱਤੇ ਟੀਚਰਸ ਪਾ ਰਹੇ ਨੇ ਕਿ ਤੁਸੀਂ ਇਹ ਕੁਸ਼ਣ ਨਹੀਂ ਕਰਕੇ ਜਾਓ, ਕੁਝ ਨਹੀਂ ਕਰਕੇ ਜਾਓ। ਠੀਕ ਹੈ ਨਾਲ ਹੀ ਤੁਹਾਨੂੰ ਕਹਿ ਦਿੰਦੇ ਨੇ ਕਿ ਤੁਸੀਂ ਪੁਰਾਣਾ ਕੁਸ਼ਣ ਪੇਪਰ ਪੜ੍ਹ ਜਾਓ, ਸਿਰਫ 10-20% ਆਏਗਾ, ਆਪਾਂ ਨੇ ਪਾਸ ਹੀ ਨਹੀਂ ਹੋਣਾ, ਆਪਾਂ ਨੇ ਮਾਰਕਸ ਕੈਂਨ ਕਰਨੇ ਆ। ਤਾਂ ਆਪਾਂ ਹੁਣੇ ਹੀ ਕਾਫੀ سارے ਦਿਨ ਪਹਿਨੇ ਤਾਂ ਟੈਕਨੀਕ ਐਸੀ ਤੁਸੀਂ ਕਰੋ ਕਿ ਜ 70% ਤੱਕ ਤਾਂ ਮਿਨੀਮਮ ਮਾਰਕਸ ਆਉਣ ਫਾਈਨ ਤਾਂ 50 ਤੋਂ 70 ਤੱਕ ਦੀ ਐਵਰੇਜ ਜਿਹੜੀ ਹੈਗੀ ਬੱਚੇ ਲਗਾ ਕੇ ਚੱਲਣ ਐਵਰੇਜ ਸਟੂਡੈਂਟ 50 ਤੱਕ ਅਤੇ ਉਹ ਤੋਂ ਉੱਤੇ ਜਿਹੜੇ ਹੈਗੇ ਨੇ ਬੱਚੇ 70 80 ਵਾਲੇ ਵੀ ਹੁੰਦੇ ਨੇ ਠੀਕ ਹੈ ਤੋ ਇਹ ਚੀਜ਼ ਨਾ ਸੋਚੋ ਕਿਸੇ ਵੀ ਚੈਨਲ ਨੂੰ ਬਲਾਈਂਡਲੀ ਫੋਲੋ ਨਾ ਕਰੋ ਜਿੱਥੇ ਤੁਹਾਨੂੰ ਵਧੀਆ ਕੁਆਂਟੀਟੀ ਮਿਲਦੀ ਹੈ ਕੁਆਲਿਟੀ ਮਿਲਦੀ ਹੈ ਦੋਨੋਂ ਚੀਜ਼ਾਂ ਮਿਲਦੀਆਂ ਨੇ ਠੀਕ ਹੈ ਤਾਂ ਉੱਥੇ ਤੁਸੀਂ ਜਿਹੜਾ ਹੈਗਾ ਚੈਨਲ ਨੂੰ ਫੋਲੋ ਕਰੋ ਕੋਈ ਕਿਧਰੋਂ ਚੱਕ ਕੇ ਪਾ ਰਿਹਾ ਕੋਈ ਕਿਧਰੋਂ ਚੱਕ ਕੇ ਪਾ ਰਿਹਾ ਅੱਧਾ ਅਧੂਰਾ ਸਿਲੇਬਸ ਪਾ ਰਹੇ ਨੇ ਤੁਹਾਨੂੰ ਠੀਕ ਹੈ ਤਾਂ ਉਹਨੂੰ ਸਮਝਾ ਵੀ ਨਹੀਂ ਰਿਹਾ ਹੈਗਾ ਆ ਖੁਦ ਨੂੰ ਬੋਲਣਾ ਵੀ ਨਹੀਂ ਆ ਰਿਹਾ ਹਨਾ ਤਾਂ ਤੁਹਾਨੂੰ ਕੀ ਸਮਝਾਣਗੇ ਤਾਂ ਬੇ ਉਹਦੇ ਨਾਲ ਅਨੇ ਵਾ ਦੇ ਉੱਤੇ ਜਿਹੜਾ ਚੈਨਲ ਫੋਲੋ ਨਾ ਕਰੋ ਬਹੁਤ ਸਾਰੇ ਸਟੂਡੈਂਟ ਨੇ ਸੋ ਇਸ ਕਰਕੇ ਕਹਿ ਰਹੀਏ ਕਿ ਇੰਪੋਰਟੈਂਟ ਕੁਐਸਚਨ ਜਿਹੜੇ ਨੇ ਉਹ ਹੀ ਉਹ ਹੀ ਪ੍ਰੀਪੇਅਰ ਕਰੋ ਜਿਹੜੇ ਤੁਹਾਨੂੰ ਪੇਪਰ ਚ ਲੱਭਦੇ ਖੋਣ ਕਿਸੇ ਵੀ ਕੁਐਸਚਨ ਪੇਪਰ ਦੇ ਪਿੱਛੇ ਨਾ ਜਾਇਓ ਇੱਕ ਕਰ ਲੋਗੇ ਦੋ ਕੁਐਸਚਨ ਪੇਪਰ ਕਰ ਲੋਗੇ ਉਹਨਾਂ ਦੇ ਵਿੱਚੋਂ ਸਿਰਫ 40% ਮਾਰਕਸ ਆਣਗੇ ਤੇ ਕਟਿੰਗ ਵੀ ਤਾਂ ਹੋਏਗੀ ਉਹ ਪੂਰੇ ਪੂਰੇ ਮਾਰਕਸ ਦੇਣਗੇ ਨਹੀਂ ਇਸ ਕਰਕੇ ਫੁੱਲ ਫਲੈਜ ਕੁਐਸਚਨ ਘਟਾਓ ਘਟਾ 6 7 ਕੁਐਸਚਨ ਆਪਣੇ ਵੱਲੋਂ ਪ੍ਰੀਪੇਅਰ ਲੌਂਗ ਕਰਕੇ ਜਾਇਓ ਠੀਕ ਹੈ 6 ਤਾਂ ਮਿਨੀਮਮ ਹੈ ਸ਼ਾਰਟ ਕੁਐਸਚਨ ਲਈ ਤੁਹਾਨੂੰ ਜਿਹੜਾ ਹੈ ਸ਼ਾਰਟ ਕੁਐਸਚਨ ਕਰਨੇ ਹੀ ਕਰਨੇ ਪੈਣਗੇ ਫਾਈਨ ਉਸ ਤੋਂ ਇਲਾਵਾ ਮੈਂ ਆਪਣੇ 2 ਦਿਨ ਪਹਿਲਾਂ ਠੀਕ ਹੈ ਪੇਪਰ ਤੋਂ 2 ਦਿਨ ਪਹਿਲਾਂ ਤੁਹਾਡੇ ਸ਼ਾਰਟ ਕੁਐਸਚਨ ਦੀ ਵੀ ਤਿਆਰੀ ਰਿਗਾਰਡਿੰਗ ਜਿਹੜਾ ਮੇਨ ਮੇਨ ਕੁਐਸਚਨ ਮੈਂ ਤੁਹਾਨੂੰ ਬੋਲ ਕੇ ਕਰਵਾ ਦਾਂਗੀ ਠੀਕ ਹੈ ਟੈਨਸ਼ਨ ਨਹੀਂ ਲੈਣੀ ਮਿਲਦੇ ਆਪਾਂ ਨਵੇਂ ਵੀਡੀਓ ਦੇ ਨਾਲ ਧੰਨਵਾਦ